ਅੰਮ੍ਰਿਤਸਰ ਦੇ ਪਿੰਡ ਬਾਸਰ ਕੇ ਭੈਣੀ ਦੇ ਇੱਕ ਘਰ 'ਚੋਂ ਲਿਫਾਫੇ ਅਤੇ ਕੱਪੜਿਆਂ 'ਚ ਲਪੇਟਿਆ ਹੋਇਆ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ। ਇਹ ਭਰੂਣ ਲੜਕੇ ਦਾ ਸੀ ਜਿਸ ਨੂੰ ਦੇਖ ਕੇ ਸਭ ਹੈਰਾਨ ਰਹਿ ਗਏ। ਪਰ ਕੀ ਇਸ ਨੂੰ ਇਸ ਦੀ ਮਾਂ ਨੇ ਮਾਰਿਆ ਜਾਂ ਸਮਾਜ ਨੇ, ਇਹ ਚਿੰਤਾ ਦਾ ਵਿਸ਼ਾ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਭਰੂਣ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸੀਂ ਵਿਆਹ ਗਏ ਹਾਂ, ਹਾਂਜੀ, ਮਗਰੋਂ ਕੋਈ ਵਾਕਿਆ ਹੋਇਆ। ਕੀ ਗੱਲ ਹੋਈ ਸਾਰੀ? ਅਸੀਂ ਤਾਂ ਪਤਾ ਨਹੀਂ ਲੱਗਾ, ਅਸੀਂ ਤਾਂ ਮੈਂ ਕਣਕ ਲੈ ਕੇ ਗਿਆ ਘਰ, ਮਸ਼ੀਨ ਤੋਂ ਆਟਾ ਲਿਆ ਅਤੇ ਮੇਰੇ ਆਉਂਦਿਆਂ ਨੂੰ ਇੱਥੇ ਅੱਗ ਲੱਗ ਜੁੜੀ ਸੀ। ਅੱਛਾ ਜੀ। ਅਤੇ ਮੁੜ ਕੇ ਪੁਲਿਸ ਵਾਲੇ ਸੱਦ ਲਏ। ਅੱਛਾ ਜੀ। ਹਾਂ, ਕੋਈ ਪਤਾ ਲੱਗਾ ਕਿ ਬੱਚਾ ਕੌਣ ਸੀ, ਕਿੰਨਾ ਦਾ ਸੀ? ਨਾ ਮਹਾਰਾਜ, ਆਪਾਂ ਨੂੰ ਪਤਾ ਹੀ ਨਹੀਂ, ਕਿਸੇ ਗੱਲ ਦਾ ਹੀ ਨਹੀਂ ਪਤਾ। ਕਿਹੜਾ ਪਿੰਡ? ਕਿਹੜਾ ਹੈ? ਪਿੰਡ ਬਾਥਰ ਦਾ। ਅੱਛਾ, ਇਹਦੇ ਖਿਲਾਫ ਕੋਈ ਰਿਪੋਰਟ ਦਿਖਾਈ ਪੁਲਿਸ ਵਾਲੇ ਨੇ ਤੁਸੀਂ? ਹਾਂ, ਪੁਲਿਸ ਵਾਲਿਆਂ ਨੂੰ ਅਸੀਂ ਬੁਲਾਇਆ ਸਰਪੰਚ ਨੇ। ਠੀਕ ਹੈ। ਇਹ ਸਾਰੇ ਪੰਚਾਇਤ ਨੇ ਮੰਗਾਇਆ, ਪੰਚਾਇਤ ਵੀ ਖੁਦ ਇੱਥੇ ਹੀ। ਤੁਹਾਨੂੰ ਸ਼ੱਕ ਕਿਸੇ ਦੇ? ਨਾ, ਸਾਨੂੰ ਕਿਸੇ ਤੱਕ ਸ਼ੱਕ ਨਹੀਂ ਹੈ ਕਿਸੇ ਦੇ। ਇਹ ਹੈਗਾ ਵਾ ਦਿਆਲ ਸਿੰਘ ਪੁੱਤਰ ਵਧਾਵਾ ਸਿੰਘ, ਕੌਮ ਮਜ਼੍ਹਬੀ ਸਿੱਖ ਵਾਸੀ, ਬਾਸਰ ਕੇ ਭੈਣੀ। ਉਹਨਾਂ ਦਾ ਘਰ ਸੀਗਾ, ਉਹ ਆਪ ਫੈਮਿਲੀ ਜਿਹੜੀ ਸੀ ਉਹ ਘਰ ਨੂੰ ਤਾਲੇ ਲਗਾ ਕੇ ਅਤੇ ਪਿੰਡ ਦੇ ਦੂਸਰੇ ਪਾਸੇ ਵਿਆਹ ਦੇ ਗਏ ਸੀਗੇ। ਜਦੋਂ ਉਹ ਘਰ ਨੂੰ ਤਾਲੇ ਲਗਾ ਕੇ ਗਏ ਨੇ ਤਾਂ ਉਹਨਾਂ ਦੇ ਘਰ ਦਾ ਬਾਹਰ ਦਾ ਦਰਵਾਜ਼ਾ ਜਿਹੜਾ ਵਾ ਉਹਨੂੰ ਜਿਹੜਾ ਕੁੰਡਾ ਜਿਹੜਾ ਸਹੀ ਨਹੀਂ ਹੈਗਾ, ਉਹਨੂੰ ਜਿਹੜਾ ਘੁਮਾਉਣ ਵਾਲਾ ਕੁੰਡਾ ਜਿਹਨੂੰ ਕਹਿ ਦਿੰਦੇ ਆਪਾਂ ਘੋੜਾ, ਉਹ ਸੀਗਾ। ਉਹ ਕਿਸੇ ਨੂੰ ਪਤਾ ਸੀ ਵੀ ਇਹ ਘਰੇ ਨਹੀਂ ਹੈਗੇ। ਉਹ ਕਿਸੇ ਵੀ ਲੇਡੀ ਹੋ ਸਕਦੀ ਜਿਹਨੂੰ ਬੱਚੇ ਦੀ ਜਿਵੇਂ ਅਨਵਾਂਟਡ ਬੱਚਾ ਆਪਾਂ ਕਹਿ ਦਿੰਦੇ ਹਾਂ ਵੀ ਉਹ ਬੱਚਾ ਪੈਦਾ ਹੋਇਆ, ਉਹ ਬੱਚੇ ਨੂੰ ਜਿਹੜਾ ਉਹਨਾਂ ਨੇ ਜਨਮ ਦੇ ਕੇ ਅਤੇ ਉਹਦੇ ਵਿੱਚ ਹੀ ਭਰੂਣ ਬੱਚਾ ਉਹਦੀ ਜਿਹੜੀ ਆ ਔਲ ਆਪਾਂ ਕਹਿ ਦਿੰਦੇ ਹਾਂ, ਔਲ ਉਹਦਾ ਨਾੜੂਆ, ਉਹ ਸਾਰਾ ਕੁਛ ਹੀ ਇੱਕ ਹੀ ਲਿਫਾਫੇ 'ਚ ਪਾ ਕੇ ਅਤੇ ਉਹਨਾਂ ਦੇ ਘਰ ਵਾਸ਼ਿੰਗ ਮਸ਼ੀਨ ਸੀ ਬਾਥਰੂਮ ਦੇ ਵਿੱਚ ਬਾਹਰ ਜਿਹੜੀ, ਉਹਦੇ ਵਿੱਚ ਰੱਖ ਕੇ ਉੱਪਰ ਕੱਪੜੇ ਜਿਹੜੇ ਉਹਨਾਂ ਨੇ ਧੋਣ ਵਾਸਤੇ ਰੱਖੇ ਸੀ ਉੱਪਰ ਉਹ ਫਿਰ ਕੱਪੜੇ ਰੱਖਤੇ। ਜਦੋਂ ਸਵੇਰੇ ਉਹਨਾਂ ਦੀ ਨੌਂ ਸਿਮਰਨਜੀਤ ਕੌਰ ਕੱਪੜੇ ਧੋਣ ਲੱਗੀ, ਉਹਨੇ ਉੱਠ ਕੇ ਵੇਖਿਆ ਅਤੇ ਮਸ਼ੀਨ ਚਲਾਈ, ਮਸ਼ੀਨ ਚੱਲੇ ਨਾ, ਉਹਨਾਂ ਜੋ ਕੱਪੜੇ ਕੱਢ ਕੇ ਵੇਖੇ ਵੀ ਕੀ ਗੱਲ ਹੋਈ ਤਾਂ ਥੱਲੇ ਜਿਹੜਾ ਕਾਲਾ ਲਿਫਾਫਾ ਸੀ ਜਿਹਦੇ ਵਿੱਚ ਭਰੂਣ ਮਿਲਿਆ, ਠੀਕ, ਉਹ ਜਿਹੜਾ ਬੱਚੇ ਦੀ ਬੋਡੀ ਕਬਜ਼ੇ 'ਚ ਲੈ ਲਈ ਆ, 72 ਘੰਟੇ ਵਾਸਤੇ ਉਹਨੂੰ ਰੱਖਿਆ ਗਿਆ ਵਾ ਸ਼ਨਾਖਤ ਲਈ। ਇਹ ਤੋਂ ਸਿਵਾਏ ਜਿਹੜਾ ਵਾ ਨੇੜੇ ਤੇੜੇ ਦੇ ਜਿੰਨੇ ਵੀ ਹੋਸਪਿਟਲ ਆ ਜਾਂ ਮੈਡੀਕਲ ਸਟੋਰ ਆ ਜਾਂ ਹੋਰ ਵੀ ਜਿਹੜੀਆਂ ਨੇੜੇ ਦੀਆਂ ਆਸ਼ਾ ਵਰਕਰ ਦਾਈਆਂ, ਉਹਨਾਂ ਸਾਰਿਆਂ ਨਾਲ ਅਸੀਂ ਜਿਹੜਾ ਵਾ ਤਾਲਮੇਲ ਅਤੇ ਸ਼ਮਲ ਤਫਤੀਸ਼ ਕਰਕੇ ਪੁੱਛਗਿੱਛ ਕਰਦੇ ਪਏ ਹਾਂ ਵੀ ਇਹ ਜਿਹੜਾ ਭਰੂਣ ਹੈ ਕਿੱਥੋਂ ਆਇਆ ਅਤੇ ਕੀ, ਠੀਕ ਹੈ ਜੀ, ਇਹਦੇ ਬਾਰੇ ਤਫਤੀਸ਼ ਜਿਹੜੀ ਹੈ ਜਾਰੀ ਹੈ। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ ਫੈਕਟਰੀ ਏਰੀਆ ਨੀਅਰ ਸ਼ਿਵ ਮੰਦਿਰ ਪਟਿਆਲਾ, ਪੰਜਾਬ।